आकाशवाणी खबरों शुगफ्ता चौथी कोला पहले खास खास खबरों प्रधानमंत्री नरेंद्र मोदी और आज महाराष्ट्र दे नासिक च 27वें राष्ट्रीय युवा महोत्सव दा उद्घाटन करगन प्रधानमंत्री महाराष्ट्र च 3-4500 करोड़ रुपयेशा मते दी मती सारी विकास परियोजनाएं गी शुरू करगन ਅਮਰੀਕਾ ਤੇ ਬ੍ਰਿਟੇਨ ਐ ਹੋਸੀ ਵਿਦਰੋਹੀਆਂ ਦੇ ਖਿਲਾਫ ਵੱਡੇ ਪੱਮਾਨੇ 'ਤੇ ਸ਼ੁਰੂ ਕੀਤੇ ਹਵਾਈ ਅਮਲੇ ਮੌਸਮ ਵਿਭਾਗ ਨੇ ਰਾਜਸਥਾਨ ਪੰਜਾਬ ਤੇ ਹਰਿਆਣਾ 'ਚ ਮਤੀ ਸੀਤੂ ਦੀ ਲਹਿਰਾਂ ਦੀ ਸਥਿਤੀ ਜਾਰੀ ਰੋਣੇ ਦੀ ਪੇਸ਼ਗੋਈ ਕੀਤੀ ਹੈ ਤੇ ਮੋਹਾਲੀ 'ਚ ਭਾਰਤ ਨੇ ਤ੍ਰਉਂ ਕ੍ਰਿਕਟ ਮੈਚੇ ਦੀ ਸ਼੍ਰੇਂਖਲਾ 'ਚ ਪਹਿਲੇ T20 'ਚ ਅਫਗਾਨਿਸਤਾਨ 'ਦੀ 6 ਵਿਕਟੇ ਕਰਨੇ ਅਰਾਈ ਦਿੱਤਾ ਧਿਉਣ ਖਬਰਾਂ ਦੀ ਤਫਸੀਲ ਮਹਾਰਾਸ਼ਟਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਰਾਜਸਵਾਮੀ ਵਿਵੇਕਾਨੰਦ 'ਉਨ ਦੀ ਜਨਮ ਦਿਨ 'ਤੇ ਰਾਸ਼ਟਰੀ ਯੁਵਾ ਉਤਸਵ ਦਾ ਉਦਘਾਟਨ ਕਰਨ ਗਨ 24 ਦਿਨਾਂ ਦੇ ਇਸ ਉਤਸਵ ਦਾ ਵਿਸ਼ੇਸਾਰ ਹੈ ਵਿਕਸਿਤ ਭਾਰਤ ਐਟ ਦਾ 2047 유ਵਾਂ ਲਈ 유ਵਾਂ ਆਸਿਆ ਮਗਰਾ ਪ੍ਰਧਾਨ ਮੰਤਰੀ ਔਰ ਅਟਲ ਬਿਹਾਰੀ ਵਾਜਪਾਈ ਸੇਵਰੀ ਨਹਾਵਾ સેવા ਅਟਲ ਸੇਤੂ ਦਾ ਵੀ ਉਦਘਾਟਨ ਕਰਨਗੇ ਇਹਦੇ ਚੋਂ ਪਹਿਲੇ ਸ਼੍ਰੀ ਮੋਦੀ ਹੋ ਰਹੇ ਦਸੰਬਰ 2016 ਅਚ ਇਸ ਪੁਲ ਦਾ ਨੀਂ ਪੱਥਰ ਰੱਖਿਆ ਹ 17840 ਕਰੋੜ ਰੁਪਏ ਦੀ ਲਾਗਤ ਕਰਨੇ ਤਿਆਰ ਕੀਤਾ ਗਿਆ ਦਾ 21.8 ਕਿਲੋਮੀਟਰ ਲੰਮਾ ਇਹ ਪੁਲ 6 ਲੇਨ ਵਾਲਾ ਹੈ ਤੇ ਮੇਦ ਹੈ ਜੇ ਇਹ ਮੁੰਬਈ ਤੋਂ ਪੂਨੇ ਗੋਆ ਤੇ ਦੱਖਣੀ ਭਾਰਤ ਤੱਕ ਤੇਜ਼ ਸੰਪਰਕ ਉਪਲਬਧ ਕਰ ਰੋਗ ਸ਼੍ਰੀ ਮੋਦੀ ਹੋਰ ਨਵੀਂ ਮੁੰਬਈ ਚ ਇੱਕ ਜਨ ਸਭਾ ਕੀ ਵੀ ਸੰਬੋਧਿਤ ਕਰਨਨ ਤੇ ਇਸ ਦੌਰਾਨ ਉਹ 12700 ਕਰੋੜ ਰੁਪਏ ਸ਼ਾ ਮਤੇ ਦੀ ਕਈ ਵਿਕਾਸ ਪਰਯੋਜਨਾ ਰਾਸ਼ਟਰ ਕੀ ਸਮਰਪਿਤ ਕਰਨਨ ਤੇ ਕਈ ਪਰਯੋਜਨਾਏ ਦੇ ਨੀ ਪੱਥਰ ਵੀ ਰੱਖਕਨ ਪ੍ਰਧਾਨ ਮੰਤਰੀ ਹੋਰ ਈਸਟਰਨ ਫਰੀ ਬॉयਜ਼ ਔਰੇਂਜ ਗੇਟ ਥਮਾ ਮਰੀਨ ਡਰਾਈਵ ਤਗਰ ਇੱਕ ਅੰਡਰਗਰਾਉਂਡ ਸ਼ੇਡ ਸੁਰੰਗ ਦਾ ਨੀ ਪੱਥਰ ਰੱਖਗਨ ਜਿਸ ਦੀ ਨਿਰਮਾਣ ਲਾਗਤ 8700 ਕਰੋੜ ਰੁਪਏ ਹੈ ਪ੍ਰਧਾਨ ਮੰਤਰੀ ਮੋਦੀ ਉਹ ਸੰਤਾ ਕਰੂਜ਼ ਇਲੈਕਟ੍ਰੋਨਿਕ ਐਕਸਪੋਰਟ ਪ੍ਰੋਸੈਸਿੰਗ ਜ਼ੋਨ ਵਿਸ਼ੇਸ਼ ਆਰਥਿਕ ਜ਼ੋਨ ਚ ਨਗੇ ਤੇ ਗਹਿਨੇ ਦੇ ਖੇਤਰ ਲਈ ਇੱਕ ਵੱਡੇ ਸਾਂਝੇ ਸਹੂਲਤ ਕੇਂਦਰ ਭਾਰਤ ਰਤਨਮ ਦਾ ਵੀ ਉਦਘਾਟਨ ਕਰਨਗਣ ਅਮਰੀਕਾ ਤੇ ਬਰਤਾਨੀਆ ਨੇ ਯਮਨ ਚ ਇਰਨਵਾਨ ਸਮਰਥਿਤ ਹੋਸੀ ਅੰਤਗਵਾਦੀ ਗੁੱਟ ਖਿਲਾਫ ਵਿਆਪਕ ਅਮਲੇ ਸ਼ੁਰੂ ਕਰੀ ਦਿੱਤੇ ਨਾ ਅਮਰੀਕਾ ਤੇ ਬ੍ਰਿਟੇਨ ਦੀ ਸੈਨਿਕ ਕਾਰਵਾਈ ਰਾਜਧਾਨੀ ਸਨਾ ਤਿਲਾਲ ਸਾਗਸਚ ਹੋਸੀ ਦੇ ਗੱਟ ਹੁਦਾਇਦਾਹ ਦਰਗਾਹ ਸਨੇ 12 ਠਕਾਣੇ ਪਰ ਕੀਤੇ ਗਏ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਹੋ ਰਹੇ ਇੱਕ ਬਿਆਨ ਚ ਅਮਲੇ ਦੀ ਪੁਸ਼ਟੀ ਕੀਤੀ ਉਹਨੇ ਕਿਹਾ ਜੇ ਅਮਲਾ ਅਮਰੀਕੀ ਰੱਖਿਆ ਬਲੇ ਬ੍ਰਿਟੇਨ ਕਨੇ ਰਲੀਏ ਆਸਟ੍ਰੇਲੀਆ ਬਹਿਰੈਨ ਕੈਨੇਡਾ ਤੇ ਨੀਦਰਲੈਂਡ ਦੇ ਸਹਿਯੋਗ ਕਨੇ ਕੀਤੇ ਗੇਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁੰਗ ਹੋਰੇ ਆਖਿਆ ਜੇ ਆਤਮ ਰੱਖਿਆ ਵਾਸਤੇ ਇਹ ਅਮਲੇ ਜ਼ਰੂਰੀ ਹੈ ود منتری ڈاکٹر ایس چے شنکر اورے اپنے امریکی جوڑیدار انٹرنی بلنکن ہند کر سمندری سرکا سبھی ہیں خاص کری لال ساگر آلے کتے بارے گل کی تھی۔ دونے نتائیں دی کل فون پر گلبات ہوئی انہیں یوکرین چلا دی سنگرش پر بھی گلبت کی تھی۔ اس دوران دونے نتائیں پچھم ایشیا دی موجود ستیدی پر بھی چرچا کیت الا نم دلّی بھارت کے امریکہ بشکار سہیوگ بی سو چوبی اجنڈے اگے لی جانے آئی پیٹا دکھا را ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀ ਕਾਂਦ ਦਾਸ ਹੋਰੇ ਆਖਿਆ ਜੇ ਭਾਰਤੀ ਬੈਂਕਿੰਗ ਖੇਤਰ ਹਾਲ ਦੇ ਬਰੇ ਦੀ ਬੇਮਿਸਾਲ ਚੁਣੌਤੀਆਂ ਥਮਾ ਔਰ ਮਤਾ ਮਜ਼ਬੂਤ ਬਣੀਏ ਉਭਰਿਆ ਹੈ। ਮੁੰਬਈ 'ਚ ਮਿੰਟ ਬੀ ਐਸ ਐਫ ਆਈ ਸਮੇਲਨ 'ਗੀ ਸੰਬੋਧਿਤ ਕਰਦੇ ਹੋਏ ਸ਼੍ਰੀ ਦਾਸ ਹੋਰੇ ਆਖਿਆ ਜੇ ਬੈਂਕਿੰਗ ਖੇਤਰ ਭਾਰਤ ਦੀ ਤਰੱਕੀ ਦੀ ਕਹਾਣੀ ਦਾ ਸਮਰਥਨ ਕਰਨ ਦੇ ਲਈ ਪੂਰੀ ਚਾਲੀ ਕਰਨੇ ਤਿਆਰ ਹੈ। ਛੀਰਿਦਾ ਸੋਰੀਆ ਕਿਹਾ ਜੇ ਵੱਡੇ ਸਤਾ ਪਰ ਫਸੇ ਤੇ ਦੁਆਰ ਕਰਜ਼ੇ ਦੀ ਸਮੱਸਿਆ ਤੇ ਕੋਵਿਡ-19 ਮਹਾਮਾਰੀ ਸਮੇਤ ਕਈ ਮੁੱਦੇ ਥਮਾ ਉਭਰਨੇ ਦੇ ਮਗਰਾਂ ਨਿਰੀਖਣ ਸਤਰ ਪਰ ਰਿਜ਼ਰਵ ਬੈਂਕ ਆਸਿਆ ਕੀਤੀ ਗਈ ਦੀ ਪਹਿਲ ਕਦਮੀ ਮੁਜਬ ਬੈਂਕ ਮਜ਼ਬੂਤੀ ਕਰਨੇ ਉਭਰਿਆ ਹੈ। ਉਹਨੇ ਆਖਿਆ ਜੀ ਸ਼ੈਡਿਊਲ ਬੈਂਕਾਂ ਦੇ ਸੰਪਤੀਆਂ ਪੂੰਜੀ ਤੇ ਮੁਨਾਫੇ ਚ ਪਿਛਲੇ ਚੌਂ ਬਰਿਆਂ ਚ ਸੁਧਾਰ ਦਿਖਨੇ ਕੀ ਲੱਭਾ ਕਰਦਾ ਹੈ। ਉਹਨੇ ਆਖਿਆ ਜੀ ਕੈਰ ਬੈਂਕਿੰਗ ਵਿਥ ਕੰਪਨੀਆਂ ਦੇ ਮਾਲੀ ਪੂੰਜੀ ਵੀ ਤਾਜ਼ਾ ਉਪਲਬਧ ਆਂਕੜੇ ਮੁਜਬ ਬੈਂਕਿੰਗ ਪ੍ਰਣਾਲੀ ਦੇ ਮੁਤਾਬਕ ਨ। ਪਾਰ ਦੀ ਕੇਂਦਰੀ ਬੈਂਕ ਡਿਜੀਟਲ ਮੁਦਰਾ ਜਾਂ ਡਿਜੀਟਲ ਰੁਪਏਂ ਚ ਹੋਰਨੇ ਮੁਲਕਾਂ ਦੀ ਦਿਲਚਸਪੀ ਦੇ ਬਾਰੇ ਵਿੱਚ ਸ਼੍ਰੀ ਦਾਸ ਸੁਰੇਆ ਆਖਿਆ ਜੇ ਕੇਂਦਰੀ ਬੈਂਕ ਡਿਜੀਟਲ ਮੁਦਰਾਗੇ ਅਪਣਾਣੇ ਕਰਨੇ ਸੀਮਾ ਪਾਰ ਭੁਗਤਾਨ ਤੋਂ ਲੈ ਕੇ ਕਾਰਗਰ ਕਿਫਾਇਤੀ ਟੰਗਾ ਕਰਨੇ ਹੋਈ ਸਕੋਗ ਉਹਨੇ ਇਹ ਵੀ ਆਖਿਆ ਜੇ ਕੇਂਦਰੀ ਬੈਂਕ ਇਸ ਸਿਲਸਿਲੇ ਚ ਕੰਮ ਕਰਾ ਕਰਦਾ ਤਾਂ ਜੇ ਸਰਕਾਰ ਦੀ ਸਬਸਿਡੀ ਜੀਆਂ ਖਾਸ ਭੁਗਤਾਨ ਆਸਤੇ ਡਿਜੀਟਲ ਰੁਪਏਂ ਦਾ ਇਸਤੇਮਾਲ ਕੀਤਾ ਜਾਇ ਸਕੇ ਸੰਸਦ ਦਾ ਬਜਟ اجلاس 31 ਜਨਵਰੀ ਤੋਂ ਸ਼ੁਰੂ ਹੋਗਾ ਸੂਤਰਾਂ ਦੀ ਜਾਣਕਾਰੀ ਮੁਤਾਬਕ 7 9 ਫਰਵਰੀ ਤੱਕ ਚੱਲੋਗਾ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਹੋਰ 1 ਫਰਵਰੀ ਦੀ ਅੰਤਰੀਮ ਬਜਟ ਪੇਸ਼ ਕਰਨਗੇ اجلاس ਦੀ ਸ਼ੁਰੂਆਤ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹੁੰਦੇ ਆਸਿਆਂ ਦੋਨੇ ਸਦਨੇ ਦੀ ਸਾਂਝੀ ਬੈਠਕ ਹੀ ਸੰਬੋਧਿਤ ਕਰਨੇ ਕਰਨੇ ਹੋਗਾ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਪਰ ਸੁਣਾਰਦੇ ਹੋ ਪਾਤੀ ਮੌਸਮ ਵਿਭਾਗ ਨੇ ਉੱਤਰ ਪੱਛਮ ਭਾਰਤ ਦੇ ਅਗਲੇ 4 ਦਿਨਾਂ ਦੌਰਾਨ ਬੜੀ ਮਤੀ ਤੁੰਦ ਛਾਇਦੇ ਰੋਣੇ ਦੀ ਪੇਸ਼ گوئی ਕੀਤੀ ਹੈ। ਮੌਸਮ ਵਿਭਾਗ ਮੁਜਬ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼, ਉੱਤਰਾਖੰਡ, ਬਿਹਾਰ, ਪੱਛਮ ਬੰਗਾਲ, ਮਿਜ਼ੋਰਮ ਤੇ ਤ੍ਰਿਪੂਰਾ ਦੇ ਕਿਸ਼ ਇਸੇ ਵਿੱਚ ਤੁੰਦ ਛਾਇਦੀ ਰੋਗ। ਰਾਜਸਥਾਨ, ਪੰਜਾਬ ਤੇ ਹਰਿਆਣਾ ਦੀ ਕਿਸ਼ ਥਾਰੇ ਪਰ ਬੜੀ ਮਤੀ ਠੰਡ ਆਲਾ ਮੌਸਮ ਬਣੇ ਦਾ ਰੋਗ। ਮੌਸਮ ਵਿਭਾਗ ਨੇ ਤਾਪਮਾਨ ਚ 2.3 ਡਿਗਰੀ ਸੈਲਸੀਅਸ ਦੀ ਕਮੀ ਆਉਣੇ ਦੀ ਵੀ ਪੇਸ਼ گوئی ਕੀਤੀ ਹੈ। موسم نے نی تملناڈو کیرل کے لچدیپ الکی تھما درمیانے درجے جی دی برخا پونے دی کی پیشنگوئی ہے۔ جموں کشمیر لداخ گلگت بالتیستان بالتستان تے ہماچل پرش الکی برخا دے برہباری اونے دی مدد ہے۔ ਪਾਰਦੇ ਅਫਗਾਨਿਸਤਾਨ ਵਿਚਕਾਰ ਖੇਡੀ ਜਾ ਰਹੀ ਤਰਾਂੂ T20 ਕ੍ਰਿਕਟ ਮੈਚੇ ਦੀ ਸ਼੍ਰੇਂਖਲਾ ਦਾ ਕੱਲ ਮੋਹਾਲੀ ਚ ਖੇਡਿਆ ਗਏ ਦਾ ਪਹਿਲਾ ਮੈਚ ਭਾਰਤ ਨੇ 6 ਵਿਕਟੇ ਕਰਨੇ ਜੀਤੀ ਲਾਤਾ ਹੈ ਇਹ ਮੈਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਇਸ ਬਿੰਦਰਾ ਸਟੇਡੀਅਮ ਮੋਹਾਲੀ ਚ ਹੋਆ ਭਾਰਤ ਨੇ ਟਾਸ ਜਿੱਤੀਏ ਪਹਿਲੇ ਗੇਂਦਬਾਜ਼ੀ ਕਰਨੇ ਦਾ ਫੈਸਲਾ ਕੀਤਾ ਅਫਗਾਨਿਸਤਾਨ ਨੇ 5 ਵਿਕਟੇ ਦੇ ਨੁਕਸਾਨ ਪਰ ਤੈ 20 ਓਵਰਾਂ ਚ 152 ਰਨ ਬਣਾਏ ਬੰਗਲਾਦੇਸ਼ ਚ ਆਵਾਮੀ ਲੀਗ ਦੀ ਅਧਿਕਾਰ ਸ਼ੇਖ ਹਸੀਨਾ ਨੇ ਚੰਦੀ ਸੰਯਾ 5ਵੇਂ ਬਾਰੀ ਦੇਸ਼ ਦੀ ਪ੍ਰਧਾਨ ਮੰਤਰੀ ਦੇ ਤੌਰ 'ਤੇ ਸਕੰਦ ਲੈਤੀ ਰਾਸ਼ਟਰਪਤੀ ਮੁਹੰਮਦ ਸ਼ਹਾਬੁੱਦੀਨ ਨੇ ਢਾਕਾ ਦੇ ਬੰਗ ਭਵਨ 'ਚ ਪ੍ਰਧਾਨ ਮੰਤਰੀ ਤੇ ਨਵੇਂ ਮੰਤਰੀ ਮੰਡਲ ਦੇ ਸਦਸਿਆਂ ਕੀ ਉਹਦੇ ਤੇ ਗੋਪਨੀਯਤਾ ਦੀ ਸਕੰਦ ਦੁਆਈ ਪ੍ਰਧਾਨ ਮੰਤਰੀ ਦੇ ਤੌਰ 'ਤੇ ਸ਼ੇਖ ਹਸੀਨਾ ਹੁੰਦਾ ਇਹ ਉਪਰੋਤਲੀ ਚੌਥਾ ਕਾਰਜਕਾਲ ਹੋਗ 76 ਬਰੇਦੀ ਸ਼ੇਖ ਹਸੀਨਾ ਔਰ ਬੰਗਲਾਦੇਸ਼ ਦੀ 12ਵੀਂ ਪ੍ਰਧਾਨ ਮੰਤਰੀ ਨੇ ਇਹ ਤੋਂ ਮਾ ਪਹਿਲੇ ਰਾਸ਼ਟਰਪਤੀ ਮੁਹੰਮਦ ਸ਼ਹਾਬੁੱਦੀਨ ਔਰੇ ਪੰਜੀ ਮੰਤਰੀਆਂ ਤੇ 11 ਰਾਜ ਮੰਤਰੀਆਂ ਗੀ ਨਵੇਂ ਮੰਤਰੀ ਮੰਡਲ ਦਾ ਸਦੱਸ ਸੇ ਕੋਸ਼ਿਸ਼ ਕੀਤਾ ਸ਼ੇਖ ਹਸੀਨਾ ਔਰ ਇੱਕ ਖਜ਼ਾਨਾ ਮੰਤਰੀ ਮੁਸਤਾਫਾ ਕਮਾਲ ਰਾਏ ਬਾਈ ਮੰਤਰੀ ਅਬਦੁਰਜ਼ਾਕ ਵਿਦੇਸ਼ ਮੰਤਰੀ ਏਕੇ ਅਬਦੁਲ ਮੋਮੇਨ ਤੇ ਬੰਜ ਦੇ ਵਪਾਰ ਮੰਤਰੀ ਟਿੱਪੂ ਮੁੰਜੀ ਜਨੇਕਿਸ਼ ਦੇ ਸੇਮੇਤ ਤ੍ਰੀ ਮੌਜੂਦਾ ਕੈਬਨਿਟ ਸਦਸਾਂ ਗੀ ਨਵੇਂ ਮੰਤਰੀ ਮੰਡਲ ਚ ਸ਼ਾਮਲ ਨਹੀਂ ਕੀਤਾ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਸਬੰਧੀ ਕੇਂਦਰੀ ਮੰਤਰਾਲੇ ਨੇ ਆਖਿਆ ਹੈ ਜੇ ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਆਨ ਯੋਜਨਾ ਤ੍ਰੈ ਕੇਂਦਰ ਪ੍ਰਯੋਜਿਤ ਸਕੀਮੇ ਗਈ ਚਿੰਦੇਚ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਐਸ ਸੀ 2 ਐਸ ਸੀ ਐਸ ਪੀ ਤੇ ਬਾਬੂ ਚਗਜੀਵਨ ਰਾਮ ਸ਼ਾਤਰਵਾਸ ਯੋਜਨਾ ਕੀ ਕਿੱਠੇ ਕਰੀਏ ਬਣੀ ਗਈ ਹੈ ਜਾਰੀ ਇੱਕ ਬਿਆਨ ਚ ਮੰਤਰਾਲੇ ਨੇ ਆਖਿਆ ਹੈ ਜੇ ਸਕੀਮ 22122 ਚ ਅਮਲ ਚ ਆਈ ਹੀ ਤਾਂ ਜੇ ਐਸ ਸੀ ਸਮੁਦਾਇ ਚ ਗਰੀਬੀ ਕੀ ਕਟ ਕੀਤਾ ਜਾਇ ਸਕੇ ਅਹਮਦਾਬਾਦ ਤੋਂ ਆਯੋਧਿਆ ਤੱਕ ਸਿੱਧੀ ਹਵਾਈ ਦਵਾਰੀ ਥਮਾ ਸ਼ੁਰੂ ਹੋਈ ਗਈ ਹੈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਹੋਰੇ ਇੰਡੀਆ ਗੋ 에ਅਰਲਾਈਨਸ ਦੀ ਸਿੱਧੀ ਦਵਾਰੀ ਦਾ ਵੀਡੀਓ ਕਾਨਫਰੈਂਸਿੰਗ ਰਾਏ ਉਦਘਾਟਨ ਕੀਤਾ ਇਸ ਮੌਕੇ ਪਰ ਬੋਲਦੇ ਹੋਏ ਯੋਗੀ ਆਦਿੱਤਿਆਨਾਥ ਹੋਰੇ ਆਖਿਆ ਜੇ ਅਯੋਧਿਆ ਚ ਮਹਾਰਿਸ਼ੀ ਵਾਲਮੀਕਿ ਅੰਤਰਰਾਸ਼ਟਰੀ ਹਵਾਈ ਅੱਡਾ ਕੀਤੇ ਦੇ ਯੁਵਾਏ ਦੇ ਭਵਿੱਖ ਦੀ ਆਕਾਰ ਦੇਖ ਤੇ ਅਰਥ ਵਿਵਸਥਾ ਕੀ ਵੀ ਇਹਦੇ ਥਮਾ ਲਾ ਹਾਸਲ ਹੋਗਾ ਉਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਸਿਵਲ ਆਵਾਜ਼ੀ ਮੰਤਰੀ ਜੋਤੀਰਾ ਦਿੱਤ ਸਿੰਧਿਆ ਤੇ ਇੰਡੀਕੋ 에ਅਰਲਾਈਨਸ ਦਾ ਇਸ ਚਤਨੇ ਲਈ ਧੰਨਵਾਦ ਕੀਤਾ। ਉਨੇ ਗਲਾਇਆ ਜੇ ਅੰਤਰਰਾਸ਼ਟਰੀ ਅਵਾਹੀ ਅੱਡੇ ਆਲੀ ਇਸ ਸਹੂvida ਕਨੇ ਅਯੋਧਿਆ ਦੁਨੀਆ ਦੇ ਸਲਾਨੀ ਨਕਸ਼ੇ ਪਰ ਬਖਰੀ ਪਛਾਣ ਬਨੋਗ। ਅਯੋਧਿਆ ਤੋਂ ਮੁੰਬਈ, ਅਹਮਦਾਬਾਦ ਤੇ ਬੈਂਗਲੂਰੂ ਤੋਂ ਅਵਾਹੀ ਦਵਾਰੀਆਂ ਇਸ ਹਫਤੇ ਤੋਂ ਸ਼ੁਰੂ ਹੋਈ ਜਾਣਗਣ। رکا منتری راجنا سنگھ ہودان رشی سنگ ہند لندن ملاٹی کی رکا سرکا آرتک سہی سنے بک بک مدد پر وپک چرچا کی سٹروئگ اسٹریٹ بوران دونے نت اس گر چرچا کی جی شانتیپرن سے سیر ویشوک نیم آدھار ووسھا کو مضبوط کرنے کا کم کٹ رلے کر کیتا سکتا ہے جی منترالے نے ایک بیانے چاکھا ہے رکا منتری ہور اس گل اجاگر سروندے ملکے ایتہاسک بہوز دریئے تے آپسی ہت سانجے پیالیچ بدلنے مہتوپور جتن سین ابیاس سکھلائی ਸ਼ਰਮਤਾ ਨਿਰਮਾਣ ਤੇ ਖਾਸ ਕਰਕੇ ਸਮੁੰਦਰੀ ਖੇਤਰ ਚ ਦੋਨੇ ਦੀ ਸੈਨਾਏ ਵਿਚਕਾਰ ਸਹਿਯੋਗ ਚ ਹਾਲ ਦੀ ਬੁੱਧੀ ਦਾ ਜ਼ਿਕਰ ਕੀਤਾ ਰਾਜਨਾਥ ਸਿੰਘ ਹੋਰੇ ਸੁਨ ਕੋਰੇਗੀ ਬ੍ਰਿਟੇਨ ਤੇ ਸੁਰੱਖਿਆ ਉਦਯੋਗ ਕੰਨੇ ਸਕਾਰਾਤਮਕ ਚਾਚਾ ਤੇ ਆਪਸੀ ਰੱਖਿਆ ਸਰਮੰਚ ਨਵੇਂ ਸਕਾਰਾਤਮਕ ਰੁਖ ਦੀ ਜਾਣਕਾਰੀ ਦਿੱਤੀ ਅਖੀਰੇ ਚ ਖਾਸ ਖਾਸ ਖਬਰਾਂ ਇੱਕ ਵਾਰੀ ਪਰਤੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਅੱਜ ਮਹਾਰਾਸ਼ਟਰ ਦੇ ਨਾਸਿਕ ਚ 27ਵੇਂ ਰਾਸ਼ਟਰੀ ਯੁਵਾ ਮਹੋਤਸਵ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਮਹਾਰਾਸ਼ਟਰ ਚ 3.450 ਕਰੋੜ ਰੁਪਏ ਸ਼ਮਤੇ ਦੀ ਮਤੀ ਸਾਰੀ ਵਿਕਾਸ ਪ੍ਰੋਜੈਕਟਾਂ ਨੂੰ ਸ਼ੁਰੂ ਕਰਨਗੇ। ਅਮਰੀਕਾ ਤੇ ਬ੍ਰਿਟੇਨ ਨੇ ਹੋਸੀ ਵਿਦਰੋਹੀਆਂ ਦੇ ਖਿਲਾਫ ਵੱਡੇ ਪੱਮਾਨੇ ਪਰ ਸ਼ੁਰੂ ਕੀਤੇ ਹਵਾਈ ਹਮਲੇ। ਮੌਸਮ ਵਿਭਾਗ ਨੇ ਰਾਜਸਥਾਨ, ਪੰਜਾਬ ਤੇ ਹਰਿਆਣਾ ਚ ਮਤੀ ਸੀਤੂ ਦੀ ਲਹਿਰਾਂ ਦੀ ਸਥਿਤੀ ਜਾਰੀ ਰੋਣੇ ਦੀ ਪੇਸ਼ੰਗੋਈ ਕੀਤੀ ਹੈ। ਤੇ ਮੁਹਾਲੀ ਚ ਭਾਰਤ ਨੇ ਤਰਾਂੂ ਕ੍ਰਿਕਟ ਮੈਚਾਂ ਦੀ ਸ਼੍ਰੰਖਲਾ ਦੇ ਪਹਿਲੇ T20 ਚ ਅਫਗਾਨਿਸਤਾਨ ਕੀ 6 ਵਿਕਟੇ ਕਰਨੇ ਆਰਾਹੀ ਦਿੱਤਾ ਹੈ। ਤੇ ਇਹਦੇ ਕੰਨੇ ਕੀ ਖਬਰਾਂ ਦਾ ਬੁਲੇਟਿਨ ਸਮਾਪਤ ਹੋ ਆ।